ਅਨ ਜਿਸ ਤਰ੍ਹਾਂ ਸਿਮਰ ਹੋ ਸਿਮਰ ਸਿਮਰ ਸੁਖ ਪਾਵੋ, ਇਸ ਦੇ ਵਿੱਚ ਸਿਮਰ ਹੋ ਹਾਹੇ ਦੇ ਮੈਂ ਪਹਿਲੇ ਦੱਸਿਆ ਵੀ ਹਾਹੇ ਦੇ ਹਰੇਕ ਮਾਤਰਾ ਲੱਗੇਗੀ, ਹਰੇਕ ਨਿਸ਼ਾਨ ਲੱਗੇਗਾ। ਸਿਮਰੋ ਸਿਮਰ ਰਾਰੇ ਦੇ ਲਾਸਟ 'ਚ ਆਇਆ, ਇੱਥੇ ਸਾਇਲੈਂਟ ਹੋ ਜਾਏਗਾ। ਔਂਕੜ ਸੁੱਖ ਦੇ ਆਇਆ ਇੱਕ ਅੱਖਰ ਦੇ ਔਂਕੜ 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 ਇਹ ਬੋਲਿਆ ਨਹੀਂ ਗਿਆ, ਇਹ ਸਾਇਲੈਂਟ ਹੋ ਜਾਏਗਾ। ਅੱਛਾ, ਸੁੱਖ ਪਾਵ ਉਹ ਹਾਏ ਦੇ ਫਿਰ ਲੱਗੇਗਾ ਕਿਉਂਕਿ ਹਾਏ ਦੇ ਹਰੇਕ ਮਾਤਰਾ ਲੱਗਣੀ ਹੈ। ਇਸ ਕਰਕੇ ਜਿਹੜਾ ਔਂਕੜ ਹੈ ਕਿਤੇ ਕਿਤੇ ਇਹ ਸਾਇਲੈਂਟ ਹੋ ਜਾਂਦਾ ਹੈ। ਉਸਦਾ ਅਰਥ ਜਿਹੜਾ ਵਿੱਚ ਮਹਾਰਾਜ ਜੀ ਦੱਸ ਰਹੇ ਨੇ, ਗੁਰਬਾਣੀ ਦੱਸ ਰਹੀ ਹੈ, ਉਸ ਨੂੰ ਵਿਅਕਤ ਕਰਨ ਵਾਸਤੇ ਜਿਹੜੇ ਇਹ ਔਂਕੜ ਦਲਾਂਕੜ ਜਿਹੜੀਆਂ ਮਾਤਰਾਵਾਂ ਹਨ ਇਹ ਕਿਤੇ ਕਿਤੇ ਸਾਇਲੈਂਟ ਹੋ ਜਾਂਦੀਆਂ ਨੇ, ਅਤੇ ਉਸ ਨੂੰ ਸਪਸ਼ਟ ਕਰਨ ਵਾਸਤੇ ਸੰਥਿਆ ਲੈਣੀ ਬਹੁਤ ਜ਼ਰੂਰੀ ਹੈ। ਪਹਿਲਾਂ ਵੀ ਆਖਿਆ ਗੁਰਬਾਣੀ ਦੀ ਸੰਥਿਆ ਸਭ ਤੋਂ ਬੜੀ ਚੀਜ਼ ਹੈ। ਗੁਰਬਾਣੀ ਦੀ ਸੰਥਿਆ ਸ਼ੁਰੂ ਤੋਂ ਕੀਤੀ ਹੋਵੇਗੀ ਤਾਂ ਹੀ ਆਪਾਂ ਗੁਰਬਾਣੀ ਸ਼ੁੱਧ ਪੜ੍ਹ ਸਕਦੇ ਹਾਂ। ਸੋ ਇਹ ਸ਼ੁਰੂਆਤ ਹੈ ਸੁਖਮਨੀ ਸਾਹਿਬ ਜੀ ਦੀ ਕਿ ਹਾਊ ਟੂ ਰੀਡ ਸੁਖਮਨੀ ਸਾਹਿਬ ਜੀ, ਕਿ ਕਿਸ ਤਰ੍ਹਾਂ ਆਪਾਂ ਸੁਖਮਨੀ ਸਾਹਿਬ ਨੂੰ ਸ਼ੁੱਧ ਤਦ ਨਾਲ ਪੜ੍ਹ ਸਕਦੇ ਹਾਂ ਅਤੇ ਉਸਦਾ ਗੁਰਬਾਣੀ ਦਾ ਜੋ ਸੰਦੇਸ਼ ਹੈ ਉਸਨੂੰ ਆਪਾਂ ਗ੍ਰਹਿਣ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।